सारा समान बिच पाना है, हल्दी दियां पिन्नियां बनाउणियां आ, ते आ देसी घ्यो मैं गर्म किया हुआ है, ते इहनू हुण मैं पाउंदी आ, ते आह चीज़ तुसीं सारियां पाउणियां जिन्ना भी तुसीं बनाउणा हुंदा। थोड़ी जिही मैं बनाऊंगी पर मैं हुण इहनां नूं सारा मिक्स करती पी लैंदी हाँ, बदामां नूं जिहड़ी जिहड़ी चीज़ पीसण वाले उहनूं पी लैंदी हाँ, सारा मिक्स करके फिर मैं तुहानूं दसदी किस तरह बनाई दी। ਹਾਂਜੀ ਆਓ ਜੀ ਹੁਣ ਭਾਬੀ ਘਿਓ ਬਣਾਈਏ। ਅੱਜ ਹਲਦੀ ਦੀਆਂ ਪਿੰਨੀਆਂ ਜਾਂ ਪਜੀਰੀ ਬਣਾ ਸਕਦੇ, ਕੁਛ ਵੀ ਬਣਾਓ। ਮੈਂ ਸਮਾਨ ਸਾਰਾ ਰੱਖਿਆ ਆ ਵਿੱਚ, ਜਿਹੜੀ ਜਿਹੜੀ ਚੀਜ਼ ਪਾਉਣੀ ਆ ਉਹਦੇ ਵਿੱਚ ਸਾਰਾ ਕੁਛ ਪਾਉਣਾ। ਵਿੱਚ ਹਲਦੀ ਪਾਵਾਂਗੀ, ਕਾਲੀ ਮਿਰਚ ਵੀ, ਅਤੇ ਆਹ ਬਹੁਤ ਸਮਾਨ ਆ, ਸਿਨਮਨ ਅਤੇ ਕਾਜੂ ਪਾਉਣਾ, ਕਾਜੂ ਤਿਲ ਅਸਮਾਨੀਆਂ, ਹੋਰ ਸਾਰੇ ਕੁਛ ਮਿੱਠਾ ਹੋਇਆ, ਜਵੈਣ ਸੌਂਫ ਸੌਗੀ ਚੁੱਖੀ ਕਾਜੂ ਸਾਰਾ ਹੀ ਕੁਛ ਪਾਉਣਾ ਹੈ ਅੱਜ, ਮੇਥੇ। ਅਤੇ ਮੈਂ ਹੁਣ ਤੁਹਾਨੂੰ ਦੱਸਦੀ ਕਿਸ ਤਰ੍ਹਾਂ ਬਣਾਉਣੀ ਆ, ਪਰ ਮੈਂ ਆਹ ਘਿਓ ਗਰਮ ਕੀਤਾ ਹੋਇਆ ਆ, ਅਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਅਤੇ ਕਿਸ ਤਰ੍ਹਾਂ ਬਣਾਈਏ। ਹਾਂਜੀ ਮੇਰਾ ਸਮਾਨ ਬਹੁਤ ਸਾਰਾ ਹੋ ਗਿਆ, ਮੈਂ ਸਾਰਾ ਪੀ ਲਿਆ, ਇੱਕ ਤਾਂ ਵੀ ਕਰ ਲਿਆ, ਇਹਦੇ 'ਚ ਮੈਦਾ ਪਾਉਂਗੀ ਜ਼ਿਆਦਾ, ਮੈਂ ਥੋੜ੍ਹੀ ਜਿਹੀ ਬਣਾਉਂਗੀ ਹਲਦੀ ਪਨੀਰੀ, ਅਤੇ ਮੈਂ ਪਿੰਨੀਆਂ ਬਣਾ ਲੈਣੀ ਆ ਅੱਧੀ ਦੀਆਂ, ਅਤੇ ਇਹ ਤਾਂ ਭਰ ਗਿਆ ਪਤੀਲਾ ਵੱਡਾ, ਇੰਨਾ ਕੁਛ ਰਲ ਗਿਆ, ਅਲਸੀ ਆ ਕਿੰਨਾ ਹੀ ਕੁਛ ਪਾ ਲਿਆ, ਸਾਰੀਆਂ ਚੀਜ਼ਾਂ ਗਰਮੀ ਆ, ਇਹ ਇੱਕ ਤਰ੍ਹਾਂ ਦੀ ਦਵਾਈ ਬਣ ਜਾਣੀ ਆ, ਇੱਕ ਹਲਦੀ ਸੌਂਡ ਹਰ ਇੱਕ ਚੀਜ਼ ਗਰਮੀ ਆ, ਸਾਰਾ ਕੁਛ ਥੋੜ੍ਹਾ ਥੋੜ੍ਹਾ ਇੱਕ ਇੱਕ ਚਮਚਾ ਖਾ ਲਿਆ ਸਵੇਰ ਨੂੰ, ਤੁਸੀਂ ਬਣਾਓ ਤਾਂ ਟਰਾਈ ਕਰਿਓ ਜ਼ਰੂਰ ਪਲੀਜ਼। ਅਤੇ ਹੈਗੀ ਆ ਅਲਸੀ, ਇਹਦੀ ਮੈਂ ਪੀ ਲਈ ਸੀਗੀ, ਪੀ ਕੇ ਤਾਂ ਇਹਨੂੰ ਮੈਂ ਸਾਰਾ ਵਿੱਚ ਰਲਾ ਲਿਆ, ਜੇਲ ਚ ਰਲਾ ਲਾ ਕੀ ਕਰਾਂਗੀ, ਕਿੰਨਾ ਹੀ ਆ ਚਲੋ ਰੇਟ ਆ, ਅੱਗੇ ਇੱਕ ਪੇਟ ਪਾ ਲਿਆ ਸੀ ਆਲਰੇਡੀ, ਹੁਣ ਤਾਂ ਹਾਂਜੀ ਆਹੋ 2 ਕੱਪ ਇਹਦੇ ਵਿੱਚ ਮੈਂ ਕਰਿਆਟੀ ਦੇ ਪਾਏ ਸੀਗੇ, ਅਤੇ 1 ਕੱਪ ਮੈਂ ਪਾਇਆ ਵਿੱਚ ਘਿਓ ਦਾ, ਥੋੜ੍ਹਾ ਜਿਹਾ ਹੋਰ ਪਾਇਆ ਸੀ, ਤਾਂ 2 ਕੜਛੀਆਂ ਪਾਈਆਂ ਸੀਗੀਆਂ ਮੈਂ ਹਲਦੀ ਦੀਆਂ, ਅਤੇ ਹੁਣ ਇੱਕ ਕੜਛੀ ਮੈਂ ਸੁੰਡ ਦੀ ਪਾਈ ਸੀ, ਆਹ 1 ਕੜਛੀ ਸੁੰਡ ਦੀ ਪਾ ਲਈ, ਅਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਪੱਕਾ ਲੈਣਾ, ਜਦੋਂ ਐਂ ਹੋ ਗਿਆ ਤਾਂ ਫਿਰ ਚਾਹ ਸਾਰਾ ਮਸਾਲਾ ਵਿੱਚ ਪਾ ਲਿਆ, ਜੋ ਵੀ ਮੈਂ ਰਗੜ ਕੇ ਪੀਸ ਕੇ ਪਾਇਆ, ਬਦਾਮ ਕਾਜੂ ਪਿਸਤਾ ਠੂਠੀ ਤਿਲ ਅਲਸੀ, ਬਹੁਤ ਸਾਰਾ ਸਮਾਨ ਪਾਇਆ, ਸਾਰਾ ਗਰਮੀ ਆ, ਸੌਗੀ ਬਦਾਮ ਘੀ ਪਾਏ ਆ, ਅਤੇ ਦੇਖਦੇ ਹਾਂ ਕਿੱਦਾਂ ਬਣਦੀ ਆ, ਤੁਸੀਂ ਵੀ ਜ਼ਰੂਰ ਟਰਾਈ ਕਰਿਓ, ਮੇਰੀ ਚਾਹ ਵੀ ਬਣਦੀ, ਚਾਹ ਦੇ ਨਾਲ ਖਾਵਾਂਗੇ। ਸਿੱਖ ਥੋੜ੍ਹਾ ਪਾ
ਵੀ ਕਰ ਸਕਦੇ ਹਾਂ। ਸਾਰਾ ਸਮਾਨ ਪਾ ਦਿੱਤਾ ਵਾ ਆਪਾਂ, ਬਦਾਮ ਬਦੂਮ ਦੋ ਕੱਪ ਸ਼ੂਗਰ ਦੇ ਪਾ ਦੇਣੇ। ਕਿਸ ਤਰ੍ਹਾਂ ਦੀ ਬਣ ਗਈ ਇਸ ਤਰ੍ਹਾਂ ਦੀ ਬਣ ਗਈ ਆਪਣੀ ਹਲਦੀ ਦੀ ਪਜੀਰੀ। ਹੁਣ ਮੈਂ ਤੁਹਾਨੂੰ ਪਾਣੀ 'ਚ ਕੱਢ ਕੇ ਦਿਖਾ ਦਾਂਗੀ। ਰੈਡੀ ਹੋ ਗਈ ਹੈ, ਉਹ ਖਾਓ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਸ਼ੇਅਰ ਕਰਨੀ, ਕਮੈਂਟ ਜ਼ਰੂਰ ਕਰਕੇ ਦੱਸਣਾ ਕਿਸ ਤਰ੍ਹਾਂ ਲੱਗ ਰਹੀ। ਬਹੁਤ ਹੈਲਥੀ ਹੈ, ਤੁਸੀਂ ਇਹਨੂੰ ਖਾਓ।